एसटीएफ ਨੂੰ ਉਸ ਸਮੇਂ ਵੱਡੀ ਕਾਮਯਾਬੀ ਮਿਲੀ ਜਦੋਂ ਨਾਕੇਬੰਦੀ ਦੌਰਾਨ ਪੁਲਿਸ ਨੇ ਕੁਆਲਟੀ ਚੌਂਕ ਸ਼ਿਮਲਾਪੁਰੀ ਲੁਧਿਆਣਾ ਵਿਖੇ ਰਵਿੰਦਰ ਸਿੰਘ ਉਰਫ ਨਿੱਕਾ ਜੋ ਕਾਫੀ ਸਮੇਂ ਤੋਂ ਨਸ਼ੇ ਦੀ ਤਸਕਰੀ ਕਰ ਰਿਹਾ ਸੀ ਉਸ ਨੂੰ ਇਨੋਵਾ ਕਾਰ ਵਿੱਚੋਂ ਸਵਾਰ ਹੋ ਕੇ ਆਪਣੇ ਗ੍ਰਾਹਕ ਨੂੰ ਹੈਰੋਇਨ ਅਤੇ ਆਈਸ ਡਰੱਗ ਵੇਚਣ ਜਾਂਦਿਆਂ ਪੁਲਿਸ ਨੇ ਉਸ ਨੂੰ ਕਾਬੂ ਕਰ ਲਿਆ ਅਤੇ ਪੁਲਿਸ ਨੇ ਉਸ ਕੋਲੋਂ 1 ਕਿਲੋਗ੍ਰਾਮ ਹੈਰੋਇਨ ਅਤੇ 100 ਗ੍ਰਾਮ ਆਈਸ ਡਰੱਗ ਬਰਾਮਦ ਕੀਤੀ। ਇਸ ਸਬੰਧੀ ਜਾਣਕਾਰੀ ਦੇਣ ਲਈ ਐਸਟੀਐਫ ਦੇ AIG ਸਨੇਹਦੀਪ ਸ਼ਰਮਾ ਨੇ ਦੱਸਿਆ ਕਿ ਰਵਿੰਦਰ ਸਿੰਘ ਉਰਫ ਨਿੱਕਾ ਕਾਫੀ ਲੰਬੇ ਸਮੇਂ ਤੋਂ ਨਸ਼ੇ ਦੀ ਸਪਲਾਈ ਕਰਦਾ ਸੀ। ਉਨ੍ਹਾਂ ਦੱਸਿਆ ਕਿ ਦੋਸ਼ੀ ਤੇ ਪਹਿਲਾਂ ਵੀ ਕਈ ਅਪਰਾਧਿਕ ਮਾਮਲੇ ਦਰਜ ਨੇ ਅਤੇ 7-8 ਸਾਲ ਤੋਂ ਉਹ ਆਈਸ ਡਰੱਗ ਵੇਚਣ ਦਾ ਨਜਾਇਜ਼ ਧੰਦਾ ਵੀ ਕਰਦਾ ਰਿਹਾ। AIG ਨੇ ਦੱਸਿਆ ਕਿ NDPS ਐਕਟ ਦੇ ਤਹਿਤ ਰਵਿੰਦਰ ਸਿੰਘ ਤੇ ਮਾਮਲਾ ਦਰਜ ਕਰਕੇ ਉਸ ਦਾ ਰਿਮਾਂਡ ਹਾਸਲ ਕੀਤਾ ਜਾਏਗਾ ਅਤੇ ਹੋਰ ਜਾਣਕਾਰੀ ਹਾਸਲ ਕੀਤੀ ਜਾਏਗੀ। ਰਵਿੰਦਰ ਸਿੰਘ ਏਲੀਅਸ ਨਿੱਕਾ ਨੂੰ ਗ੍ਰਿਫਤਾਰ ਕੀਤਾ ਸ਼ਿਮਲਾਪੁਰੀ ਲੁਧਿਆਣਾ ਦੇ ਏਰੀਏ ਤੋਂ। ਇਸ ਵਿਅਕਤੀ ਕੋਲੋਂ 1 ਕਿਲੋ ਹੈਰੋਇਨ ਔਰ 100 ਗ੍ਰਾਮ ਆਈਸ ਐਂਫੈਟਾਮਾਈਨ ਜਿਹੜੀ ਹੈ ਬਰਾਮਦ ਕੀਤੀ ਹੈ ਔਰ ਇਸ ਵਿਅਕਤੀ ਦੇ ਉੱਪਰ ਪਹਿਲਾਂ 5 FIRs ਆਲਰੇਡੀ NDPS ਦੇ ਰਜਿਸਟਰਡ ਹੈ। 2 ਦੇ ਵਿੱਚੋਂ ਇਹ ਕਨਵਿਕਟਡ ਹੈ ਔਰ 1 ਦੇ ਵਿੱਚ ਬੇਲ ਕਰਵਾ ਕੇ ਬਾਹਰ ਆਇਆ ਸੀਗਾ 8 ਮਹੀਨੇ ਪਹਿਲਾਂ ਔਰ ਇਹ 7-8 ਸਾਲ ਤੋਂ ਇਸੇ ਧੰਦੇ 'ਚ ਲੱਗਾ ਹੋਇਆ ਸੀ ਔਰ ਲਾਜ ਦੇ ਕੰਮ ਕਰਦਾ ਸੀਗਾ। ਅਸੀਂ ਇਹਨੂੰ ਏ ਕੈਟਾਗਰੀ ਪੈਡਲਰ ਅਸੀਂ ਕਹਾਂਗੇ ਇਹਨੂੰ ਔਰ ਇਹਦਾ ਕਾਫੀ ਵੱਡਾ ਕਸਟਮਰ ਬੇਸ ਹੈ। ਇਸ ਵਿਅਕਤੀ ਦੇ ਫੜੇ ਜਾਣ ਦੇ ਨਾਲ ਇਸ ਏਰੀਏ ਦੇ ਵਿੱਚ ਜਿਹੜਾ ਨੈਟਵਰਕ ਹੈ ਉਹਨੂੰ ਬ੍ਰੇਕ ਕਰਨ ਵਿੱਚ ਸਾਨੂੰ ਸਫਲਤਾ ਪ੍ਰਾਪਤ ਹੋਈ। ਇਹ ਸਾਰਾ ਕੰਮ ਜਿਹੜਾ ਹੈ SCF ਲੁਧਿਆਣਾ ਰੇਂਜ ਦੀ ਟੀਮ ਨੇ DSP ਪਵਨਜੀਤ ਔਰ ਇੰਸਪੈਕਟਰ ਹਰਬੰਸ ਸਿੰਘ ਹੋਰਾਂ ਦੀ ਅਗਵਾਈ ਦੇ ਵਿੱਚ ਕੀਤਾ। ਇਹ ਪ੍ਰੀਲਿਮਨਰੀ ਪੁੱਛਗਿੱਛ ਦੇ ਵਿੱਚ ਗੱਲ ਆਈ ਹੈ ਕਿ ਦਿੱਲੀ ਤੋਂ ਲੈ ਕੇ ਆਉਂਦਾ ਪਰ ਸਾਨੂੰ ਲੱਗਦਾ ਕਿ ਵੀ ਹੋਰ ਵੀ ਸੋਰਸਿਸ ਤੋਂ ਇਹ ਸਮਾਨ ਨੂੰ ਪ੍ਰੋਕਿਓਰ ਕਰਦਾ। ਪਹਿਲਾਂ 5 FIR ਰਜਿਸਟਰਡ ਹੈ ਜਿਸ 'ਤੇ 2 ਦੇ ਵਿੱਚ ਕਨਵਿਕਟਡ ਹੈ। ਹਾਂਜੀ ਹਾਂ ਬਿਲਕੁਲ ਜੀ, ਅਸੀਂ ਪ੍ਰੋਪਰਟੀ ਆਈਡੈਂਟੀਫਾਈ ਕਰਾਂਗੇ ਜਿਹੜੀ ਪ੍ਰੋਪਰਟੀ ਇਹਨੇ ਇਸ ਇਲੀਗਲ ਧੰਦੇ 'ਚ ਬਣਾਈ ਹੋਏਗੀ ਅਸੀਂ ਉਹਨੂੰ ਅਟੈਚ ਕਰਾਂਗੇ। ਇਸ ਤੋਂ ਇਲਾਵਾ ਹੋਰ ਤਾਂ ਕੋਈ ਕੰਮ ਇਹਦੇ ਸਾਹਮਣੇ ਆਇਆ ਨਹੀਂ ਪਰ ਇਹ ਖੁਦ ਅਡਿਕਟ ਹੈ, ਇਹ ਨਾਲ ਪੀਂਦਾ ਵੀ। ਲੁਧਿਆਣਾ ਤੋਂ ਕੁਲਬੀਰ ਰਾਹੀ ਦੀ ਰਿਪੋਰਟ, ATV ਨਿਊਜ਼।